ਪੰਜਾਬ ਵਿਧਾਨ ਸਭਾ ਵਿੱਚ ਬਜਟ ਇਜਲਾਸ ਦੇ ਚੌਥੇ ਦਿਨ ਦੀ ਸ਼ੁਰੂਆਤ ਵੀ ਹੰਗਾਮੇ ਦੇ ਨਾਲ ਹੋਈ। ਪੈਟਰੋਲ ਅਤੇ ਡੀਜ਼ਲ ਦੇ ਭਾਅ ਅਸਮਾਨ ਨੂੰ ਛੂ ਰਹੇ ਨੇ, ਜਿਸ ਨੂੰ ਲੈ ਕੇ ਅਕਾਲੀ ਦਲ ਨੇ ਵਿਧਾਨ ਸਭਾ ਵਿੱਚ ਮੁੱਦਾ ਚੁੱਕਿਆ ਅਤੇ ਸੂਬਾ ਸਰਕਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਕਰਨ ਦੀ ਮੰਗ ਕੀਤੀ। ਬਹਿਸ ਤੋਂ ਬਾਅਦ ਅਕਾਲੀ ਦਲ ਨੇ ਵਿਧਾਨ ਸਭਾ ਵਿੱਚੋਂ ਵਾਕਆਊਟ ਕਰ ਲਿਆ ਅਤੇ ਬਾਹਰ ਆ ਕੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਬੈਲ ਗੱਡੀ ਤੇ ਚੜ ਕੇ ਆਉਣ ਦਾ ਮਸਲਾ ਮਕਸਦ ਸਿਰਫ ਇੱਕੋ ਸੀ, ਇਹ ਸੰਕੇਤ ਦੇਣਾ ਕਿ ਗਰੀਬ ਬੰਦਾ ਕਿਸਾਨ ਦੀ ਆਵਾਜ਼ ਸੁਣੀ ਜਾਵੇ। ਮਗਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਰਕਾਰ ਨੂੰ ਕੀ ਉਹ ਦੰਦੀਆਂ ਵੱਢਦੀਆਂ ਸੀ ਜਿਹੜੇ ਅੰਦਰ ਨਹੀਂ ਆਉਣ ਦਿੱਤੀ। ਇੱਕ ਸੰਕੇਤ ਇਸ ਲਈ ਸੀ ਕਿ ਜਿਹੜਾ ਆਮ ਸਧਾਰਨ ਬੰਦਾ ਹੈ, ਗਰੀਬ ਹੈ, ਕਿਸਾਨ ਹੈ, ਮਿਡਲ ਕਲਾਸ ਹੈ, ਉਹਨੂੰ ਡੀਜ਼ਲ ਪੈਟਰੋਲ 'ਤੇ ਜਿਹੜਾ ਵੈਟ ਲੱਗ ਰਿਹਾ ਉਸ 'ਤੇ ਉਹ ਬੜਾ ਦੁਖੀ ਹੈ। ਸੈਂਟਰ ਆਪਦੇ ਰੇਟ ਘਟਾਵੇ, ਮਗਰ ਉਸ ਤੋਂ ਪਹਿਲਾਂ ਸਰਕਾਰ ਤੁਹਾਡੀ ਹੈ। ਜਾਖੜ ਸਾਹਿਬ ਉੱਦਣ ਤਾਂ ਡਰਾਮਾ ਰਚਦੇ ਸੀ, ਉਹ ਡਰਾਮਾ ਨਾ ਰਚੋ, ਆਪਦਾ ਵੈਟ ਘਟਾਓ। ਜਿਹੜੇ ਸਾਰੇ ਦੇਸ਼ 'ਚ ਸਭ ਤੋਂ ਵੱਧ ਵੈਟ ਪੈਟਰੋਲ 'ਤੇ ਅਤੇ ਡੀਜ਼ਲ 'ਤੇ ਕੋਈ ਸੂਬਾ ਲਾਉਂਦਾ ਤਾਂ ਪੰਜਾਬ ਸਰਕਾਰ ਲਾਉਂਦੀ, ਤੁਸੀਂ ਕਿਉਂ ਨਹੀਂ ਘਟਾਉਂਦੇ? ਲੋਕਾਂ ਨੂੰ ਮੂਰਖ ਨਾ ਬਣਾਓ, ਆਪਣੀ ਬਣਦੀ ਜ਼ਿੰਮੇਵਾਰੀ ਨਿਭਾਓ ਅਤੇ ਫਿਰ ਜਾ ਕੇ ਦਿੱਲੀ ਦੀ ਲੜਾਈ ਅਸੀਂ ਲੜਨ ਲਈ ਨਾਲ ਤਿਆਰ। ਇਸ ਤੋਂ ਪਹਿਲਾਂ ਪੰਜਾਬ ਵਿੱਚ ਵੱਧ ਰਹੀ ਮਹਿੰਗਾਈ ਦਾ ਮੁੱਦਾ ਵਿਧਾਨ ਸਭਾ ਦੇ ਬਾਹਰ ਵੀ ਗੂੰਜਿਆ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਅਨੋਖੇ ਢੰਗ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਦੇ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ। ਐਮਐਲਏ ਫਲੈਟ ਤੋਂ ਇਕੱਠੇ ਹੋ ਕੇ ਕਿਸਾਨਾਂ ਦੇ ਗੱਡੇ ਤੇ ਬੈਠ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਵੱਲ ਕੂਚ ਕੀਤਾ ਗਿਆ। ਬਲਦਾਂ ਅਤੇ ਗੱਡੇ ਦੇ ਉੱਪਰ ਪੈਟਰੋਲ ਅਤੇ ਡੀਜ਼ਲ ਦੇ ਵੱਧ ਰਹੇ ਰੇਟਾਂ ਦੇ ਕਾਰਨ ਲਿਖੇ ਗਏ ਕਿ ਕਿਵੇਂ ਪੰਜਾਬ ਸਰਕਾਰ ਪੈਟਰੋਲ ਅਤੇ ਡੀਜ਼ਲ ਤੇ ਟੈਕਸ ਲਾ ਕੇ ਆਮ ਜਨਤਾ ਤੇ ਬੋਝ ਪਾ ਰਹੀ ਹੈ। ਸਭ ਤੋਂ ਪਹਿਲਾਂ ਅੱਜ ਸਪੀਕਰ ਦੇ ਰਾਹੀਂ ਸਰਕਾਰ ਨੂੰ ਇਹ ਗੱਲ ਕਹੀ ਹੈ ਕਿ ਠੀਕ ਹੈ ਕਿ ਡੀਜ਼ਲ ਅਤੇ ਪੈਟਰੋਲ ਦੇ ਜਿਹੜੇ ਰੇਟ ਨੇ ਉਹ ਸੈਂਟਰ ਸਰਕਾਰ ਤੈਅ ਕਰਦੀ ਆ, ਅਸੀਂ ਇਹਨਾਂ ਦੇ ਨਾਲ ਜਾ ਕੇ ਦਿੱਲੀ ਦੇ ਵਿੱਚ ਧਰਨੇ ਦੇ ਬੈਠਣ ਨੂੰ ਤਿਆਰ ਆ, ਉਨੀ ਦੇਰ ਨਹੀਂ ਉੱਠਾਂਗੇ ਜਿੰਨੀ ਦੇਰ ਪੈਟਰੋਲ ਅਤੇ ਡੀਜ਼ਲ ਸੈਂਟਰ ਸਰਕਾਰ ਘੱਟ ਨਾ ਕਰ ਦੇਵੇ। ਅਗਲੀ ਗੱਲ, ਕਮ ਸੇ ਕਮ ਦਿੱਲੀ ਜਾਣ ਤੋਂ ਪਹਿਲਾਂ ਜਿਹੜੀ ਪੰਜਾਬ ਦੀ ਸਰਕਾਰ ਆ ਇਹ ਤਾਂ ਆਪਣਾ ਟੈਕਸ ਘੱਟ ਕਰੇ, ਇਹ ਤਾਂ ਟੈਕਸ ਵਾਪਸ ਲਵੇ, ਇਹਦਾ ਲਾਈਟ ਨਹੀਂ ਮਿਲਦਾ ਟੈਕਸ ਲਾ, 27% ਤੋਂ ਉੱਪਰ ਇਹ ਵੈਟ ਲਾ ਰਹੇ ਨੇ ਉੱਤੇ। ਆਪਣਾ ਮੋਹਾਲੀ ਦਾ ਪੈਟਰੋਲ ਪੰਪ ਦਾ ਮਾਲਕ ਸੀ, ਉਹ ਇਹਨਾਂ ਤਬਾਹ ਕੀਤਾ ਹੋਇਆ ਇਹਨਾਂ ਰੇਟਾਂ ਦਾ, ਕਿਉਂਕਿ ਜਿੰਨੇ ਪੰਜਾਬ ਦੇ ਪੰਪ ਨੇ ਉਹ ਤਾਂ ਖਤਮ ਹੋ ਗਏ, ਲੋਕ ਵੀ ਬੁਰੀ ਹਾਲਤ ਉਹਨਾਂ ਦੀ ਲੋਕਾਂ ਦੀ ਹੋ ਗਈ, ਪੰਪ ਇੰਡਸਟਰੀ ਦੀ ਵੀ ਬੁਰੀ ਹਾਲਤ ਹੋ ਗਈ। ਇਹਨਾਂ ਨੂੰ 27% ਤੋਂ ਉੱਪਰ ਜਿਹੜਾ ਇਹਨਾਂ ਡੀਜ਼ਲ ਦੇ ਪੈਟਰੋਲ 'ਤੇ ਵੈਟ ਲਾਇਆ ਹੈ, ਇਹ ਵਾਪਸ ਲੈਣਾ ਚਾਹੀਦਾ। ਜੇ ਵਾਪਸ ਨਾ ਲਿਆ ਪੰਜਾਬ ਦੇ ਲੋਕ ਇਹਨਾਂ ਦਾ ਧੂੰਆਂ ਕੱਢਣਗੇ। ਵਿਧਾਇਕਾਂ ਨੇ ਮੰਗ ਕੀਤੀ ਕਿ ਸੂਬਾ ਅਤੇ ਕੇਂਦਰ ਸਰਕਾਰ ਪੈਟਰੋਲ ਅਤੇ ਡੀਜ਼ਲ ਤੇ ਟੈਕਸ ਘਟਾ ਕੇ ਆਮ ਲੋਕਾਂ ਨੂੰ ਕੁਝ ਰਾਹਤ ਦੇਣ। ਵਿਧਾਇਕਾਂ ਨੇ ਕਿਹਾ ਜਿਸ ਤਰ੍ਹਾਂ ਮਹਿੰਗਾਈ ਵੱਧ ਰਹੀ ਹੈ, ਸਾਨੂੰ ਅਤੇ ਲੋਕਾਂ ਨੂੰ ਗੱਡੇ ਜਾਂ ਸਾਈਕਲ ਦੀ ਸਵਾਰੀ ਹੀ ਕਰਨੀ ਪਵੇਗੀ, ਕਿਉਂਕਿ ਗੱਡੀਆਂ ਵਿੱਚ ਤੇਲ ਪਵਾਉਣਾ ਔਖਾ ਹੋ ਗਿਆ ਹੈ। ਬਿਊਰੋ ਰਿਪੋਰਟ, ਵਰਲਡ ਪੰਜਾਬੀ ਟੀਵੀ।